स्टाइल दे पुलिस दी गड्डी चो मारी इन्हां चोरां ने छाल। पुलिस वल्लों इन्हां नूं लिजाया जा रहा सी, लेकिन ये जिहड़े छत चोर निकले इन्हां वल्लों अचानक मौका दे के पुलिस दी गड्डी चो छाल मारती, थले डिग गए। डिगन दे नाल भज्जन च कामयाब हो गए, लेकिन उत्थों दे वसनीक लोकां ने इन्हां नूं भज्जदे होए नूं जदों देखिया तां काबू कीता। पुलिस ने बड़ी मुस्तैदी दे नाल इन्हां नूं काबू कर लिया। ਕਾਬੂ ਕਰਕੇ ਇਹਨਾਂ ਨੇ ਕੋਈ ਸੱਟਾਂ ਲੱਗੀਆਂ ਸੀ, ਜਿਹਦੇ ਇਲਾਜ ਲਈ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ। ਲੇਕਿਨ ਤੁਹਾਨੂੰ ਦੱਸ ਦਈਏ ਕਿ ਬੜੀ ਮੁਸਤੈਦੀ ਦੇ ਨਾਲ ਇਹਨਾਂ ਨੇ ਮੁਕੱਦਮਾ ਨੰਬਰ 41 ਮਿਤੀ 18/5/23 ਅੰਡਰ ਸੈਕਸ਼ਨ 455-380 IPC PS ਮਲੌ ਦਾ ਰਜਿਸਟਰ ਜੀ। ਇਹਨਾਂ ਤਿੰਨਾਂ ਦੋਸ਼ੀਆਂ 'ਤੇ ਇੱਕ ਸਾਗਰ, ਦੂਸਰਾ ਵਿਜੇ ਅਤੇ ਤੀਸਰਾ ਇਹ ਰਾਹੁਲ, ਤਿੰਨੇ ਸੁੰਨਸਾਨ ਜਗ੍ਹਾ ਜਾ ਕੇ ਰਾਤ ਨੂੰ ਜਾਂ ਦਿਨ ਵਿੱਚ ਜਾ ਕੇ ਇਹ ਮਤਲਬ ਖਾਲੀ ਕੋਠੀਆਂ ਜਿੱਥੇ ਤਾਲਾ ਲੱਗਿਆ ਹੁੰਦਾ ਉੱਥੇ ਪਾੜ ਲਾਉਂਦੇ ਆ। ਇਸ ਕਰਕੇ ਉਹਨਾਂ ਦਾ ਮੁਕੱਦਮਾ ਨੰਬਰ 41 ਦਾ ਰਜਿਸਟਰ ਕੀਤਾ ਗਿਆ ਸੀ। ਅੱਜ ਇਹਨਾਂ ਨੂੰ ਮੈਡੀਕਲ ਕਰਾ ਕੇ ਪੁੱਛਗਿੱਛ ਲਈ CI ਖੰਨਾ ਲਿਜਾ ਰਿਹਾ ਸੀ। ਇਹਨਾਂ ਨੂੰ ਪਤਾ ਲੱਗ ਗਿਆ ਵੀ, ਕਿਉਂਕਿ ਚਿੱਟੇ ਦਾ ਵੀ ਨਸ਼ਾ ਕਰਦੇ ਆ ਪੂਰਾ, ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ CI ਲਿਜਾ ਰਿਹਾ। CI ਦੇ ਆਪਾਂ ਨੇੜੇ ਪਹੁੰਚੇ ਸਮਰਾਲਾ ਪੁਲ ਦੇ ਕੋਲ ਜੀ, ਇਹਨਾਂ ਨੇ ਚੱਲਦੀ ਗੱਡੀ ਵਿੱਚੋਂ ਦੋਨਾਂ ਵਿਅਕਤੀਆਂ ਨੂੰ ਇਕੱਠੀ ਮਤਲਬ ਹੱਥਕੜੀ ਲੱਗੀ ਹੋਈ ਸੀ, ਛਾਲ ਮਾਰ ਦਿੱਤੀ ਜੀ। ਅਤੇ ਸਾਡੀ ਵੀ ਮੌਕੇ 'ਤੇ ਗੱਡੀ ਬਿਲਕੁਲ ਡੱਕ ਡੋਲੇ ਖਾ ਗਈ, ਮੇਰੀ ਫਾਈਲ ਵੀ ਉੱਥੇ ਗਿਰ ਗਈ। ਅਤੇ ਰਾਹਗੀਰਾਂ ਨੂੰ ਮੈਂ ਫਟਾਫਟ ਰੋਕਿਆ ਜੀ, ਗੱਡੀ ਸਾਡੀ ਚੱਲਦੀ ਰਹੀ। ਰਾਹਗੀਰਾਂ ਨੂੰ ਰੋਕ ਕੇ ਅਸੀਂ 2-3 ਮੋਟਰਸਾਈਕਲ ਘੇਰੇ ਅਤੇ ਅਸੀਂ ਵੀ ਪੁਲ ਦੇ ਨਾਲ ਨੂੰ ਮੌਕੇ 'ਤੇ ਜਾ ਕੇ ਉਹਨੂੰ ਰੰਗੇ ਹੱਥੀਂ ਕਵਰ ਕਰਤਾ ਜੀ। ਜੀ ਸਰ, ਦੋ ਹੀ ਭੱਜੇ ਸੀ, ਇੱਕ ਗੱਡੀ ਦੇ ਵਿੱਚ ਹੀ ਬੈਠਾ। ਹਾਂ, ਕੁਛ ਰਗੜਾਂ ਲੱਗੀਆਂ ਸਰ ਇਹਨਾਂ ਦੇ ਜੀ। ਨੀਅਰ ਅਬਾਊਟ ਹੋਊਗੀ ਜੀ 10-12 ਫੁੱਟ ਜੀ। ਹਾਂਜੀ ਹਾਂਜੀ, ਮੈਡੀਕਲ ਕਰਾ ਰਹੇ ਸਰ। ਨਹੀਂ, ਫਿਲਹਾਲ ਦੇਖ ਰਹੇ ਸਰ।